ਰਿਹਾ ਕਰ। ਪਤਾ ਨਹੀਂ ਇਹਦੇ ਵਿੱਚੋਂ ਕੀ ਕੱਢਦੀ ਆ ਸਾਰੀ ਦਿਹਾੜੀ। ਨੀ ਮਨਦੀਪ, ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ? ਨੀ ਉਹ ਜਿਹੜਾ ਨੀ ਸਾਰੀ ਦਿਹਾੜੀ ਮੋਬਾਈਲ ਚ ਖੁਬੀ ਰਿਹਾ ਕਰ। ਨੀ ਤੈਨੂੰ ਕਿਸੇ ਗੱਲ ਸਾਰੀ ਦਿਹਾੜੀ ਮੋਬਾਈਲ ਚ ਖੁਬੀ ਰਿਹਾ ਕਰ। ਪਤਾ ਨੀ ਇਹਦੇ ਵਿੱਚੋਂ ਕੀ ਕੱਢਦੀ ਆ ਤੂੰ। ਨੀ ਤੈਨੂੰ ਕਿਸੇ ਗੱਲ ਦਾ ਪਤਾ? ਨੀ ਉਹ ਜੀਤ ਨੀ ਜਿਹੜਾ ਗੋਪੀ ਨਾਲ ਰਹਿੰਦਾ ਸੀ? ਨੀ ਸੁਭਾਅ ਭਰਾਈਆਂ ਵਾਂਗੂ ਰਹਿੰਦਾ, ਸਾਰੇ ਪਿੰਡ ਚ ਥੂ ਥੂ ਕਰਾਤੀ ਜੋ ਖਾਂਦੇ ਨੇ ਜੀਤ ਨੂੰ। ਤੇ ਗੋਪੀ ਤਾਂ ਉਹਨੂੰ ਲੱਭਦਾ ਫਿਰਦਾ, ਕਹਿੰਦਾ ਜਿੱਥੇ ਜੀਤ ਮਿਲ ਗਿਆ ਉਹਦਾ ਮੈਂ ਡੱਕਰੇ ਡੱਕਰੇ ਕਰ ਦੂੰ। ਨੀ ਉਹ ਜੀਤ ਤਾਂ ਹੁਣ ਲੁਕਦਾ ਫਿਰਦਾ ਗੋਪੀ ਤੋਂ। ਗੋਪੀ ਕਹਿੰਦਾ ਜਿੱਥੇ ਮਿਲ ਗਿਆ ਮੈਂ ਤਾਂ ਉਹਦੇ ਡੱਕਰੇ ਡੱਕਰੇ ਕਰ ਦੂੰ। ਕਿਸੇ ਪਾਸੇ ਮੂੰਹ ਦਿਖਾਉਣ ਦਾ ਜੋਗਾ ਨਹੀਂ ਰਿਹਾ, ਨਾਲੇ ਉਹ ਤਾਂ ਹੁਣ ਜੀਤਣ ਲੁਕਦਾ ਫਿਰਦਾ। ਤੂੰ ਚੱਲ ਭੈਣੇ, ਆਪਾਂ ਕੀ ਲੈਣਾ ਕਿਸੇ ਤੋਂ। ਇਹ ਚੰਗਾ ਮਨਦੀਪ, ਮੈਨੂੰ ਤਾਂ ਹੋਰ ਵੀ ਬਥੇਰੇ ਕੰਮ ਨੇ। ਆਪਣਾ ਗਲਾਸ ਹੋਣਾ ਠੀਕ ਹੈ, ਪੀ ਲਓ ਨਾ। ਸਾਰੇ ਲੋਕ